ਵਿਨਵ ਵਰਮਾ ਦੀ ਕਹਾਣੀ ਸੰਜੀ ਰੰਦ ਆਪਸਟ ਕਦੇ ਨਹੀਂ ਲੜੇ ਸੀ ਉਹ ਬਹੁਤ ਪਿਆਰ ਸੀ ਦੋਵਾਂ ਦਾ ਜੋੜੇ ਜੋੜੇ ਭਰਾਵਾਂ ਵਾਂਗ ਇੱਕ ਦੂਜੇ ਦਾ ਰੂਪ ਸੀ ਉਹ ਦੋਵੇਂ ਕਿੰਨੇ ਸਾਲ ਹੋ ਗਏ ਸੀ ਦੋਵਾਂ ਨੂੰ ਇੰਗਲੈਂਡ ਆਇਆ ਇਹ ਦੋਵਾਂ ਨੂੰ ਯਾਦ ਨਹੀਂ ਸੀ ਦੋਵੇਂ ਪੈਸਾ ਕਮਾਉਣ ਦੇ ਮਕਸਦ ਨਾਲ ਘਰੋਂ ਨਿਕਲੇ ਸੀ ਪਰ ਇੱਥੋਂ ਦੀ ਹੋ ਗਏ ਰਹਿ ਗਏ ਤੇ ਮੁੜ ਘਰ ਨਹੀਂ ਗਏ ਚਾਨਣ ਰਾਮ ਦਾ ਤਾਂ ਪਿੱਛੇ ਟੱਬਰ ਵੀ ਸੀ ਪਰ ਜਦੋਂ ਕਈ ਸਾਲ ਵਾਪਸ ਨਾ ਆ ਗਿਆ ਤਾਂ ਉਹਦੀ ਤੀਵੀ ਉਹਦੇ ਭਰਾ ਦੇ ਲੜ ਲਾਤੀ ਗਈ ਪਰ ਗਰੀਬ ਦਾਸ ਹਾਲੇ ਛੜਾ ਸੀ ਜਦੋਂ ਇੰਗਲੈਂਡ ਆਇਆ ਨਾ ਉਹਦੇ ਪਿੱਛੇ ਟੱਬਰ ਸੀ ਨਾ ਇੱਥੇ ਬਣਿਆ ਨਾ ਹੀ ਕਦੇ ਉਹਨੇ ਆਪਣਾ ਟੱਬਰ ਜੋੜਨ ਦੀ ਜ਼ਰੂਰਤ ਮਹਿਸੂਸ ਕੀਤੀ ਉਹ ਇਦਾਂ ਹੀ ਖੁਸ਼ ਸੀ ਜਿੰਨਾ ਪੈਸਾ ਕਮਾਉਂਦਾ ਘਰ ਭੇਜ ਦਿੰਦਾ ਆਪਣੇ ਮਾਪਿਆਂ ਦੇ ਦਰਿਦਰ ਦੂਰ ਕਰਨ ਦਾ ਪ੍ਰਣ ਕਰਕੇ ਘਰੋਂ ਨਿਕਲਿਆ ਸੀ ਉਹ ਤੇ ਪ੍ਰਾਣੋਂ ਨੇ ਪੂਰੀ ਤਰ੍ਹਾਂ ਨਿਭਾਇਆ ਆਪਣੀਆਂ ਇੱਛਾਵਾਂ ਤੇ ਲੋੜਾਂ ਦਾ ਗਲਾ ਘੁੱਟ ਕੇ ਆਪਣੇ ਭੈਣ ਭਰਾਵਾਂ ਦੀ ਜ਼ਿੰਦਗੀ ਸਵਾਰਨ ਚ ਜੁਟਿਆ ਰਿਆ ਭੈਣ ਭਰਾ ਜੋ ਉਹਦੀ ਪੂਜਾ ਕਰਦੇ ਸੀ ਕਿਸੇ ਦੇਵਤੇ ਵਾਂਗ ਹਰ ਹਫ਼ਤੇ ਉਹਨੂੰ ਢੇਰ ਸਾਰੀਆਂ ਚਿੱਠੀਆਂ ਪਿੰਡੋਂ ਆਉਂਦੀਆਂ ਪਿਆਰ ਤੇ ਸ਼ੁਕਰਾਨੇ ਨਾਲ ਲੱਦੀਆਂ ਤੇ ਉਹਨੂੰ ਲੱਗਦਾ ਇਹ ਚਿੱਠੀਆਂ ਨਹੀਂ ਸਗੋਂ ਫੁੱਲਾਂ ਨਾਲ ਭਰੀਆਂ ਖੂਬਸੂਰਤ ਟੋਕਰੀਆਂ ਸਨ ਜਿਨ੍ਹਾਂ ਚ ਆਉਂਦੀ ਆਪਣਤ ਤੇ ਮੇਰ ਦੀ ਖੁਸ਼ਬੂ ਨਾਲ ਉਹਦਾ ਰੋਮ ਰੋਮ ਨਸ਼ਿਆ ਜਾਂਦਾ ਗਰੀਬਦਾਸ ਲਈ ਇੰਨਾ ਹੀ ਸਬੂਤ ਸੀ ਕਿ ਉਹਦੇ ਭੈਣ ਭਰਾ ਆਰਾਮ ਦੀ ਜ਼ਿੰਦਗੀ ਜੀ ਰਹੇ ਸੀ ਉਹ ਸੁਆੰਗ ਮਾਮੂਲੀ ਚੀਜ਼ਾਂ ਲਈ ਤਰਸ ਨਹੀਂ ਰਹੇ ਸੀ ਉਹਦੇ ਮਾਪੇ ਕੁਲੀ ਗੁੱਲੀ ਜੁੱਲੀ ਤੋਂ ਵੀ ਹੋਣੇ ਨਹੀਂ ਸੀ ਸ਼ਰੀਕੇ ਦੇ ਮੁਕਾਬਲੇ 'ਚ ਹੁਣ ਉਹ ਪਹਿਲਾਂ ਵਾਂਗ ਸਿਰ ਝੁਕਾ ਕੇ ਨਹੀਂ ਸਗੋਂ ਹੱਕ ਤਣ ਕੇ ਟੋਰਨਲ ਜੀ ਰਹੇ ਸੀ ਗਰੀਬਦਾਸ ਲਈ ਇਹ ਬਹੁਤ ਵੱਡੀ ਤਸੱਲੀ ਸੀ ਕਿ ਪਿੱਛੇ ਆਪਣੇ ਘਰ ਨੂੰ ਉੱਚਾ ਚੁੱਕਣ ਲਈ ਉਹਦਾ ਮੁੱਖ ਹੱਥ ਸੀ ਪਾਵੇਂ ਇਸ ਕੋਸ਼ਿਸ਼ ਵਿੱਚ ਉਹਦਾ ਆਪਣਾ ਵजूद ਬੁਰੀ ਤਰ੍ਹਾਂ ਹਿੱਲ ਗਿਆ ਸੀ ਪਰ ਉਹਨੇ ਕਦੇ ਕਿਸੇ ਨੂੰ ਇਹ ਜ਼ਾਹਰ ਨਹੀਂ ਹੋਣ ਦਿੱਤਾ ਉਹ ਅੱਜ ਵੀ ਮੂੰਹ ਤੇ ਮੁਸਕਾਨ ਦਾ ਮਖੌਟਾ ਚੜਾਈ ਸਮਾਜ ਚ ਭਜਿਆ ਫਿਰਦਾ ਸੀ ਲੋਕਾਂ ਨੂੰ ਦਿਖਾਉਂਦਾ ਸੀ ਕਿ ਉਹ ਬਹੁਤ ਖੁਸ਼ ਸੀ ਤੇ ਆਪਣੀ ਜ਼ਿੰਦਗੀ ਸਹਿਜ ਢੰਗ ਨਾਲ ਜੀ ਰਿਹਾ ਸੀ ਕਿਸੇ ਨੂੰ ਨਹੀਂ ਪਤਾ ਸੀ ਕਿ ਰਾਤ ਦੇ ਹਨੇਰੇ ਚ ਸਰਾਣੇ ਤੇ ਸਿਰ ਰੱਖ ਕੇ ਕਿੰਨੀ ਵਾਰ ਰੋਇਆ ਸੀ ਉਹ ਤੇ ਨਾ ਕਿਸੇ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਹ ਸਿਰਫ ਨਾਮ ਦਾ ਹੀ ਨਹੀਂ ਸਗੋਂ ਹਸਲੋਂ ਗਰੀਬ ਦਾਸ ਬਣ ਚੁੱਕਿਆ ਸੀ ਬਾਹਰੋਂ ਦੇਖਣ ਨੂੰ ਸਿੱਧਾ ਸਾਦਾ ਲੱਗਦਾ ਗਰੀਬਦਾਸ ਆਪਣੇ ਅੰਦਰ ਕਿੰਨੇ ਦਰਦ ਸਮੇਟੀ ਬੈਠਾ ਸੀ ਇਸ ਬਾਰੇ ਆਮ ਬੰਦਾ ਕੀ ਉਹਦਾ ਜਿਗਰੀ ਯਾਰ ਚਾਨਣ RAM ਵੀ ਅਨਮਾਨ ਨਹੀਂ ਲਾ ਸਕਦਾ ਸੀ ਜੀ ਅਹਿਸਾਸ ਸੀ ਤਾਂ ਸਿਰਫ ਅੰਗੂਰੀ ਨੂੰ ਜੋ ਉਹਦੀ ਰੱਗ ਰੱਗ ਦੀ ਵਾਕਫ ਸੀ ਅੰਗੂਰੀ ਜਿਹੋ ਦੇ ਜੋ ਉਹਦੇ ਹਰ ਦੁੱਖ ਸੁੱਖ ਚ ਉਹਦੇ ਨਾਲ ਰਹੀ ਸੀ ਜਿਨੇ ਉਹਦੇ ਕਾਰਨ ਆਪਣਾ ਘਰ ਪੱਟ ਲਿਆ ਸੀ ਤੇ ਭਾਈਚਾਰੇ ਤੋਂ ਬਾਗੀ ਹੋ ਗਈ ਸੀ ਪਰ ਕਿੰਨਾ ਵੱਧ ਕੇ ਕਿਸਮਤ ਸੀ ਉਹ ਜੋ ਜੋ ਅੰਗੂਰੀ ਦੀ ਕੁਰਬਾਨੀ ਤੇ ਸਾਹਸ ਦਾ ਸਲਾਨਾ ਦੇ ਸਕਿਆ ਕਿੰਨਾ ਡਰਪੋਕ ਸੀ ਉਹ ਜੋ ਘਰ ਛੱਡ ਕੇ ਆਈ ਇੱਕ ਤੀਵੀ ਨੂੰ ਆਪਣੇ ਘਰ ਨਾ ਰੱਖ ਸਕਿਆ ਤੇ ਉਹ ਤੀਵੀ ਹੁਣ ਚਾਨਣ RAM ਦੇ ਘਰ ਵਸ ਰਹੀ ਸੀ ਸੋ ਸੋਚ ਕੇ ਉਹਦਾ ਕਾਲਜਾ ਮੱਚਦਾ ਆਪਣਾ ਕਾਲਜਾ ਫੜ ਕੇ ਬੈਠ ਜਾਂਦਾ ਤੇ ਠੰਡੇ ਹੋ ਕੇ ਭਰਦਾ ਜਿਵੇਂ ਅੰਦਰਲਾ ਧੂਆਂ ਕੱਢ ਰਿਹਾ ਹੋਵੇ ਇਸ ਵਿੱਚ ਉਹਦਾ ਕੀ ਕਸੂਰ ਸੀ ਚਾਨਣ RAM ਦੇ ਸਾਹਮਣੇ ਬੋਲਣ ਦੀ ਕਦੇ ਉਹਦੀ ਹਿੰਮਤ ਨਹੀਂ ਪਈ ਸੀ ਸ਼ੁਰੂ ਤੋਂ ਹੀ ਉਹ ਇਸ ਤੋਂ ਦਬ ਕੇ ਰਿਹਾ ਸੀ ਭਾਵੇਂ ਦੋਵੇਂ ਹਰ ਚੀਜ਼ 'ਚ ਬਰਾਬਰ ਦੇ ਸੀ ਰਹੀ ਸੀ ਪਰ ਚਾਨਣ ਰਾਮ ਹਮੇਸ਼ਾ ਉਤੇ ਪਾਰ ਹੋ ਰਿਹਾ ਸੀ ਵਪਾਰ ਦੀ ਗੱਲ ਸੀ ਜਾਂ ਘਰ ਦੀ ਚਾਨਣ ਰਾਮ ਬੋਖੜ ਬਾਂਦਰ ਵਾਂਗ ਹਮੇਸ਼ਾ ਵੱਡੀ ਬੁਰਕੀ ਲੈ ਜਾਂਦਾ ਸੀ ਉਹ ਚੁੱਪਚਾਪ ਵੇਖਦਾ ਰਹਿ ਜਾਂਦਾ ਚਾਨਣ ਰਾਮ ਦੇ ਦਬਦਬੇ ਸਾਹਮਣੇ ਉਹਦਾ ਵਿਕਤੀਤਵ ਪੂਰੀ ਬੁਰੀ ਤਰ੍ਹਾਂ ਦਬ ਕੇ ਰਹਿ ਗਿਆ ਸੀ ਚਾਹੇ ਵੀ ਉਹ ਕਦੇ ਆਪਣੀ ਦਿਲ ਦੀ ਗੱਲ ਨਾ ਕਹਿ ਸਕਦਾ ਤੇ ਆਦਨ ਜੀ ਹਜ਼ੂਰੀ 'ਚ ਸਿਰ ਹਿਲਾ ਦਿੰਦਾ ਉਹਦੀ ਹਿੰਮਤ ਨਹੀਂ ਸੀ ਵੀ ਚਾਨਣ RAM ਦੇ ਮੂੰਹੋਂ ਨਿਕਲੀ ਗੱਲ ਨੂੰ ਉਲੱਦ ਦੇਵੇ ਆਪਣੀ ਇੱਜ਼ਤ ਤੋਂ ਬਹੁਤ ਦੁਖੀ ਸੀ ਉਹ ਪਰ ਉਹ ਕਰ ਕੁਝ ਨਹੀਂ ਸੀ ਸਕਦਾ ਇਸ ਬਾਰੇ ਕਈ ਵਾਰ ਉਹ ਖੁਦ ਨੂੰ ਲਾਣਤਾ ਪਾਉਂਦਾ ਕਿ ਉਹਦਾ ਜੀਵਨ ਤਾਂ ਬਿਲਕੁਲ ਗੁਲਾਮਾਂ ਵਾਲਾ ਹੋ ਕੇ ਰਹਿ ਗਿਆ ਸੀ ਉਹਦੇ ਜਾਣੂ ਵੀ ਕਈ ਵਾਰੀ ਮਿਹਣੇ ਮਾਰਦੇ ਕਿ ਲੋਕ ਤਾਂ ਜ਼ੋਰੂ ਦੇ ਗੁਲਾਮ ਬਣਦੇ ਨੇ ਪਰ ਉਹ ਆਪਣੇ ਦੋਸਤ ਦਾ ਗੁਲਾਮ ਬਣ ਕੇ ਰਹਿ ਗਿਆ ਸੀ ਹੋਰ ਤਾਂ ਹੋਰ ਅੰਗੂਰੀ ਵੀ ਕਈ ਵਾਰ ਉਹਦੀ ਅੰਤਰਾਤਮਾ ਨੂੰ ਝੰਜੋੜਦੀ ਰੱਬ ਨੇ ਤੈਨੂੰ ਤੀਵੀਂ ਬਣਾਇਆ ਹੁੰਦਾ ਤਾਂ ਚੰਗਾ ਸੀ ਪਰ ਤੂੰ ਤਾਂ ਤੀਵੀਆਂ ਤੋਂ ਵੀ ਗਿਆ ਗੁਜਰਿਆ ਗੁੱਗਿਆ ਉਹਨ ਘੋਰੇ ਨਾਲ ਆਸਦੀ ਤੂੰ ਹੀ ਦੱਸ ਹੁਣ ਮੈਂ ਕੀ ਕਰਾਂ ਉਹ ਵਿਚਾਰਿਆਂ ਵਾਂਗ ਪੁੱਛਦਾ ਜੋ ਮਰਜ਼ੀ ਕਰ ਤੇਰੀ ਆਪਣੀ ਜ਼ਿੰਦਗੀ ਹੈ ਏਦਾਂ ਕਿਸੇ ਦੇ ਥੱਲੇ ਲੱਗ ਕੇ ਤਾਂ ਟਾਈਮ ਨਹੀਂ ਨਿਕਲਦਾ ਇਸ ਤਰ੍ਹਾਂ ਤਾਂ ਤੀਵੀਆਂ ਨਹੀਂ ਕੁੱਟ ਖਾਂਦੀਆਂ ਜਿਵੇਂ ਤੂੰ ਖਾਣਾ ਉਹ ਹੱਸਦਾ ਮੈਂ ਕੁੱਟ ਖਾਣਾ ਉਹ ਹੈਰਾਨ ਹੁੰਦਾ ਹੋਰ ਕੀ ਇਹ ਕੁੱਟ ਨਹੀਂ ਤਾਂ ਹੋਰ ਕੀ ਹੈ ਤੂੰ ਸਿਰ ਸੁੱਟ ਕੇ ਚਪਜਾਬ ਸਭ ਕੁਝ ਬਰਦਾਸ਼ਤ ਕਰੀ ਜਾਣਾ ਭਾਵੇਂ ਤੇਰੇ ਉੱਤੋਂ ਬਲਡੋਜ਼ਰ ਲੰਘ ਜਾਏ। ਇਹ ਵੀ ਕੋਈ ਜ਼ਿੰਦਗੀ ਹੈ ਉਹ ਜਿਵੇਂ ਉਹਦਾ ਦੁੱਖ ਵੰਡਦੀ। ਹਾਂ ਜ਼ਿੰਦਗੀ ਤਾਂ ਨਹੀਂ ਉਹ ਹੌਕਾ ਲੈਂਦਾ। ਫੇਰ ਉਹ ਪੁੱਛਦੀ ਪਰ ਤੂੰ ਤਾਂ ਮੇਰੇ ਨਾਲ ਹੈ ਹੋਰ ਕੀ ਚਾਹੀਦਾ ਉਹ ਅੱਖਾਂ ਗਿੱਲੀਆਂ ਕਰਦਾ। ਹਾਂ ਪਰ ਤੂੰ ਮੇਰੇ ਨਾਲ ਨਹੀਂ ਨਾ ਉਹ ਸ਼ਿਕਾਇਤ ਕਰਦੀ। ਇਹ ਤੇਰਾ ਵਹਿਮ ਹੈ ਜੇ ਮੈਂ ਪੂਰੇ ਦਾ ਪੂਰਾ ਤੇਰੇ ਨਾਲ ਆ। ਕਦੇ ਅਜ਼ਮਾ ਕੇ ਦੇਖ ਲਈ ਉਹ ਯਕੀਨ ਦਿਲਾਉਂਦਾ। ਅਜ਼ਮਾਏ ਹੋਏ ਲੋਕਾਂ ਨੂੰ ਕੀ ਅਜ਼ਮਾਉਣਾ? ਜਿਹੜਾ ਮੌਕੇ ਤੇ ਮੂਤ ਗਿਆ ਉਹ ਪਿੱਛੋਂ ਕੀ ਲਲਰ ਲਾਊਗਾ ਉਹ ਨਫਰਤ ਨਾਲ ਕਹਿੰਦੀ ਤੇ ਉਹ ਚੁੱਪ ਕਰ ਜਾਂਦਾ ਅੰਗੂਰੀ ਦੀ ਇਸ ਸ਼ਿਕਾਇਤ ਦਾ ਉਸ ਕੋਲ ਕੋਈ ਜਵਾਬ ਨਹੀਂ ਸੀ ਪਿਛਲੇ ਕਈ ਸਾਲਾਂ ਤੋਂ ਉਹਦੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਸੀ ਦੇ ਸਕਿਆ ਅਸਲ 'ਚ ਉਸ ਕੋਲੇ ਸਵਾਲ ਦਾ ਜਵਾਬ ਹੈ ਹੀ ਨਹੀਂ ਸੀ ਤੇ ਅੰਗੂਰੀ ਇਸ ਗੱਲ ਨੂੰ ਭਲੀ ਭਾਂਤ ਸਮਝਦੀ ਸੀ ਉਹਨੂੰ ਪਤਾ ਸੀ ਗਰੀਬ ਦਾਸ ਦੀ ਭਾਵੇਂ ਗਰਦਨ ਵੀ ਲੈ ਜਾਏ ਪਰ ਉਹ ਚਾਨਣ ਰਾਮਵਰਧ ਮੂੰਹ ਨਹੀਂ ਖੋਲੇਗਾ ਗਰੀਬਦਾਸ ਨੂੰ ਉਕਸਾ ਉਕਸਾ ਕੇ ਥੱਕ ਗਈ ਸੀ ਉਹ ਤੇ ਹਾਰ ਕਿਉਂ ਨਹੀਂ ਇਸ ਵਿਸ਼ੇ ਤੇ ਗੱਲ ਕਰਨੀ ਛੱਡਦੀ ਸੀ ਪਰ ਕਦੇ-ਕਦੇ ਪੁਰਾਣਾ ਲੰਬਾ ਆਪਣੇ ਆਪ ਉਹਦੇ ਮੂੰਹ ਤੇ ਆ ਜਾਂਦਾ ਗਰੀਬਦਾਸ ਨੇ ਉਹਦੇ ਸੱਚੇ ਉਲੰਭੇ ਦਾ ਕਦੇ ਗੁੱਸਾ ਨਹੀਂ ਮੰਨਿਆ ਸੀ ਉਹਨੂੰ ਤਾਂ ਸਗੋਂ ਇਸ ਗੱਲ ਦੀ ਤਸੱਲੀ ਹੁੰਦੀ ਸੀ ਕਿ ਅੰਗੂਰੀ ਅੱਜ ਵੀ ਉਹਨੂੰ ਹੀ ਪਿਆਰ ਕਰਦੀ ਸੀ ਭਾਵੇਂ ਕਿ ਉਹ ਚਾਨਣ RAM ਨਾਲ ਵਿਆਹੀ ਗਈ ਸੀ ਉਹਦੀ ਪਿਆਰ ਕਹਾਣੀ ਵੀ ਅਜੀਬ ਸੀ ਉਹਦੀ ਜ਼ਿੰਦਗੀ ਵਾਂਗ ਚਾਨਣ RAM ਦੇ ਨਾਲ ਰਹਿੰਦੇ ਆ ਉਹ ਹੀਣ ਭਾਵਨਾ ਦਾ ਸ਼ਿਕਾਰ ਹੋ ਗਿਆ ਸੀ ਜਿਵੇਂ ਉਹਦਾ ਆਪਣਾ ਕੋਈ ਵजूद ਨਾ ਰਿਹਾ ਹੋਵੇ ਚਾਨਣ RAM ਦੇ ਹਰ ਕੰਮ ਦੀ ਨਕਲ ਕਰਦਾ ਰਿਹਾ ਸੀ ਉਹ ਜਿਹੋ ਜਿਹੇ ਕੱਪੜੇ ਚਾਨਣ RAM ਪਾਉਂਦਾ ਉਹ ਵੀ ਇਹੋ ਜਿਹੇ ਪਹਿਨਦਾ ਉਹਦੇ ਵਾਂਗ ਹੀ ਬੋਲਦਾ ਤੁਰਦਾ ਫਿਰਦਾ ਚਾਨਣ RAM ਦੇ ਗਵਣ ਜੀ ਉਹਨੇ ਬਿਲਕੁਲ ਉਹਦੇ ਘਰ ਵਰਗਾ ਘਰ ਖਰੀਦਿਆ ਤੇ ਉਸਤੇ ਉਹੀ ਰੰਗ ਕੀਤਾ ਜੋ ਚਾਨਣ RAM ਦੇ ਘਰ ਦੇ ਕੀਤਾ ਸੀ ਉਹਦੇ ਘਰ ਵਾਂਗ ਹੀ ਉਹਨੇ ਆਪਣੇ ਘਰ ਨੂੰ ਸ਼ਿੰਗਾਰਿਆ ਚਾਨਣ RAM ਉਹਦੀ ਇਸ ਭਗਤੀ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਪਰ ਲੋਕ ਹੱਸਦੇ ਨਕਲ ਆਖਰ ਨਕਲ ਸੀ ਗਜ਼ਬਾਦੰ ਹੋਇਆ ਜਦੋਂ ਉਹ ਵੀ ਉਸੇ ਔਰਤ ਨੂੰ ਪਿਆਰ ਕਰਨ ਲੱਗ ਪਿਆ ਜਿਸ ਨਾਲ ਚਾਨਣ ਰਾਮੇਸ਼ ਕਾ ફરਮਾ ਰਿਹਾ ਸੀ ਇਸ਼ਕ ਤੇ ਪਿਆਰ ਕਾਦਾ ਸੀ ਸ਼ੁਰੂ ਵਿੱਚ ਤਾਂ ਇਹ ਮਾਤਰ ਲੋੜ ਦਾ ਰਿਸ਼ਤਾ ਸੀ ਇੱਕ ਭੁੱਖ ਦਾ ਮਸਲਾ ਜਿਹਨੂੰ ਪੂਰੀ ਕਰਨ ਲਈ ਉਹ ਦੋਵੇਂ ਇੱਕੋ ਚੁੱਲ੍ਹੇ ਤੇ ਜਾ ਚੜੇ ਸੀ ਨਵੇਂ-ਨਵੇਂ ਇੰਗਲੈਂਡ ਆਏ ਸੀ ਤੇ ਉੱਥੇ ਟਿਕਾਣਾ ਲੱਭਦੇ ਫਿਰਦੇ ਸੀ ਦੋਵਾਂ ਨੇ ਇੱਕ ਘਰ 'ਚ ਕਮਰਾ ਕਿਰਾਏ ਤੇ ਲੈ ਲਿਆ ਘਰ ਦਾ ਮਾਲਕ ਮਜ਼ਦੂਰ ਕਿਸਮ ਦਾ ਆਦਮੀ ਸੀ ਤੇ ਤਿੰਨ ਬੈੱਡਰੂਮ ਵਾਲੇ ਘਰ ਦੇ ਤਿੰਨੋਂ ਕਮਰੇ ਉਹਨੇ ਕਿਰਾਏ ਤੇ ਛਡਾ ਰੱਖੇ ਸੀ ਖੁਦ ਆਪਣੀ ਔਰਤ ਨਾਲ ਹੀਠਾਂ ਸਿਟਿੰਗ ਰੂਮ 'ਚ ਰਹਿ ਰਿਹਾ ਸੀ। ਕਿਰਾਏਦਾਰ ਰਸੋਈ 'ਚ ਖਾਣਾ ਪਕਾਉਂਦੇ ਸਿੱਧੇ ਆਪਣੇ ਕਮਰੇਆਂ 'ਚ ਚਲੇ ਜਾਂਦੇ। ਉਹਨਾਂ ਨੂੰ ਹੀਠਾਂ ਬੈਠਣ ਦੀ ਇਜਾਜ਼ਤ ਨਹੀਂ ਸੀ। ਚਾਨਣ RAM ਤੇ ਗਰੀਬਦਾਸ ਵੀ ਆਪਣੀ ਬ੍ਰੈਡ ਤੇ ਬਟਰ ਲੈ ਕੇ ਆਪਣੇ ਕਮਰੇ 'ਚ ਹੀ ਬੈਠ ਜਾਂਦੇ। ਹੀਠਾਂ ਕੀ ਹੋ ਰਿਹਾ? ਉਹਨਾਂ ਨੂੰ ਕੋਈ ਪਤਾ ਨਹੀਂ ਸੀ। ਪਤਾ ਉਸ ਦਿਨ ਲੱਗਾ ਜਦੋਂ ਹੀਠਲੇ ਕਮਰੇ 'ਚੋਂ ਕਿਸੇ ਔਰਤ ਦੀ ਉੱਚੀ-ਉੱਚੀ ਚੀਖ ਆਉਣ ਲੱਗੀ। ਤੋਂ ਵੀ ਘਬਰਾ ਕੇ ਹੀਠਾਂ ਵੱਲੋਂ ਭੱਜੇ। ਹੇਠਲੇ ਰੂਮ ਦਾ ਦਰਵਾਜ਼ਾ ਖੜਕਾਇਆ ਤਾਂ ਘਰ ਦਾ ਮਾਲਕ ਭੁਸਰੇ ਸਾਨ ਵਾਂਗ ਬਾਹਰ ਆਇਆ ਕੀ ਤਕਲੀਫ ਹੈ ਮਕਾਨ ਮਾਲਕ ਨੇ ਪੁੱਛਿਆ ਸੀ ਜੀ ਕਿਸੇ ਔਰਤ ਦੇ ਰੋਣ ਦੀ ਆਵਾਜ਼ ਆ ਰਹੀ ਸੀ ਚੰਨ ਲਾਲ ਰਾਮ ਨੇ ਝਿਚਕਦਿਆਂ ਕਿਹਾ ਮੈਂ ਆਪਣੀ ਤੀਵੀ ਨੂੰ ਕੁੱਟ ਰਿਹਾ ਸੀ ਤੁਹਾਨੂੰ ਕੋਈ ਇਤਰਾਜ਼ ਉਹ ਭੱਜ ਕੇ ਪਿਆ ਦੋਵੇਂ ਕੱਚੇ ਜੇ ਹੋ ਕੇ ਇੱਕ ਦੂਜੇ ਦਾ ਮੂੰਹ ਵੇਖਣ ਲੱਗ ਪਏ ਫਿਰ ਹੌਲੀ ਹੌਲੀ ਪੌੜੀਆਂ ਚੜ੍ਹਦੇ ਆਪਣੇ ਕਮਰੇ 'ਚ ਚਲੇ ਗਏ ਇੱਕਾਈ ਵਾਰ ਹੁੰਦਾ ਰਾਤ ਨੂੰ ਮਕਾਨ ਮਾਲਕ ਆਪਣੀ ਔਰਤ ਨੂੰ ਡੰਗਰਾ ਵਾਂਗ ਕੁੱਟਦਾ ਤੇ ਉਹਦੀਆਂ ਦਰਦਨਾਕ ਚੀਖਾਂ ਨਾਲ ਕਰ ਹਿਲ ਜਾਂਦਾ ਪਰ ਕੋਈ ਕੁਝ ਕਰ ਨਹੀਂ ਸਕਦਾ ਸੀ ਕਿਰਾਏਦਾਰਾਂ ਨੇ ਕੀ ਲੈਣਾ ਸੀ ਉਹ ਮਕਾਨ ਮਾਲਕ ਦੇ ਅਖੜ ਸੁਭਾਤੋਂ ਚੰਗੀ ਤਰ੍ਹਾਂ ਵਾਕਫ ਸਨ ਉਹ ਗਾਲ ਬਗੈਰ ਗੱਲ ਨਹੀਂ ਕਰਦਾ ਸੀ ਕਿਰਾਏਦਾਰਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਨਾਰਾਜ਼ ਹੋ ਕੇ ਉਹਨਾਂ ਦਾ ਸਮਾਨ ਚੁੱਕ ਕੇ ਬਾਹਰ ਸੁੱਟ ਦਿੰਦਾ ਰੋਜ਼ ਸ਼ਰਾਬ ਪੀਂਦਾ ਸੀ ਉਹ ਤੇ ਬਿਨਾਂ ਵਜ੍ਹਾ ਲੜਦਾ ਹੁੰਦਾ ਸੀ ਇਸੇ ਲਈ ਕਿਰਾਏਦਾਰ ਉੱਥੇ ਬਹੁਤੀ ਦੇਰ ਟਿਕਦੇ ਨਹੀਂ ਸੀ ਥੋੜਾ ਸਮਾਂ ਕੱਢਦੇ ਫਿਰ ਆਪੇ ਚਲੇ ਜਾਂਦੇ ਪਰ ਚਾਨਣ RAM ਤੇ ਗਰੀਬਦਾਸ ਨੇ ਜਿਵੇਂ ਉੱਥੇ ਹਮੇਸ਼ਾ ਲਈ ਰਹਿਣ ਦਾ ਪ੍ਰਣ ਕਰ ਲਿਆ। ਮਕਾਨ ਮਾਲਕ ਦੀਆਂ ਬੇਤੁਕੀਆਂ ਗੱਲਾਂ ਤੇ ਗਾਲ੍ਹਾਂ ਦੀ ਉਹਨਾਂ ਨੇ ਪਰਵਾਹ ਨਹੀਂ ਕੀਤੀ। ਤੇ ਕੰਨਾਂ 'ਚ ਕੌੜਾ ਤੇਲ ਪਾਈ ਰੱਖਿਆ ਤੇ ਸਭ ਕੁਝ ਸ਼ਾਂਤ ਚੱਲ ਰਿਹਾ ਸੀ। ਇਸ ਸ਼ਾਂਤੀ ਵਿੱਚੋਂ ਚਾਨਣ RAM ਦੀ ਸਿਆਣਪ ਕੰਮ ਕਰ ਰਹੀ ਸੀ। ਉਹਦਾ ਦਿਮਾਗ ਜੋ ਹਰ ਸਮੇਂ ਨਵੀਆਂ ਜੁਗਤਾਂ ਘੜਦਾ ਰਹਿੰਦਾ ਸੀ ਨੂੰ ਮਕਾਨ ਮਾਲਕ ਅਜਿਹਾ ਬੇਕਾਬੂ ਝੋਟਾ ਲੱਗਿਆ ਜਿਹਨੂੰ ਉਹਨੇ ਹਰ ਹਾਲ 'ਚ ਚੋਣਾ ਸੀ। ਘਰ ਦੀ ਮਾਲਕਣ ਅੰਗੂਰੀ ਇੱਕ ਦਿਨ ਰਸੋਈ 'ਚ ਖੜੀ ਕੰਮ ਕਰ ਰਹੀ ਸੀ ਕਿ ਚਾਨਣ RAM ਚਾਹ ਬਣਾਉਣ ਚਲਾ ਗਿਆ। ਉਹਨੇ ਦੇਖਿਆ ਅੰਗੂਰੀ ਦੇ ਮੂੰਹ ਤੇ ਨੀਲ ਪਈ ਸੀ ਤੇ ਅੱਖਾਂ ਸੁਜੀਆਂ ਸੀ। ਲੱਗਦਾ ਤੇਰੇ ਆਦਮੀ ਨੇ ਫੇਰ ਕੁੱਟਿਆ ਤੈਨੂੰ। ਚਾਨਣ RAM ਨੇ ਹਿੰਮਤ ਕਰਕੇ ਕਿਹਾ। ਅੰਗੂਰੀ ਨੇ ਹਾਂ ਚ ਸਿਰ ਹਿਲਾਇਆ ਤੇ ਅੱਖਾਂ ਭਰ ਲਈਆਂ। ਕਿੰਨੀ ਮਾੜੀ ਗੱਲ ਐ, ਕਿੰਨੀ ਸੁਸ਼ੀਲ ਐ ਤੂੰ, ਕਿੰਨੀ ਸੇਵਾ ਕਰਦੀ ਐ ਉਹਦੀ, ਫੇਰ ਵੀ ਤੈਨੂੰ ਕੁੱਟਦਾ। ਕਿੰਨੀ ਬੁਰੀ ਬਾਤ ਐ। ਉਹ ਅਫਸੋਸ ਕਰ ਰਿਹਾ ਸੀ। ਅੰਗੂਰੀ ਚੁੱਪਚਾਪ ਰੋਂਦੀ ਰਹੀ। ਤੇਰਾ ਮਾਪਿਓ ਇੱਥੇ ਹੀ ਐ ਕਿ ਇੰਡੀਆ 'ਚ ਐ ਚਾਨਣ ਰਾਮ ਨੇ ਪੁੱਛਿਆ ਸੀ ਇੰਡੀਆ 'ਚ ਨਹੀਂ ਉਹਨੇ ਪਹਿਲੀ ਵਾਰ ਜ਼ਬਾਨ ਖੋਲੀ ਤਾਂ ਹੀ ਨਹੀਂ ਤਾਂ ਕਿਹੜਾ ਬੰਦਾ ਆਪਣੀ ਧੀ ਭੈਣ ਤੇ ਇੰਨਾ ਜ਼ੁਲਮ ਹੋਣ ਦਿੰਦਾ ਹੈ ਹੋਰ ਕੋਈ ਰਿਸ਼ਤੇਦਾਰ ਨਹੀਂ ਇੱਥੇ ਤੇਰਾ ਉਹਨੇ ਉਹਨੂੰ ਘਰੇਦਿਆ ਸਾਰੇ ਇੱਥੇ ਹੀ ਮਰਦੇ ਨੇ ਮਾਮੇ ਮਾਸੜ ਪਰ ਬਗਾਨੀ ਧੀ ਦੇ ਦੁੱਖ ਨੂੰ ਕੌਣ ਸੁਣਦਾ ਹੈ ਉਹਨੇ ਆਪਣੀ ਚੁੰਨੀ ਨਾਲ ਨੱਕ ਸਾਫ਼ ਕੀਤਾ ਆਏ ਹਾਏ ਔਰਤ ਦੀ ਵੀ ਕੀ ਜੂਨ ਹੈ ਆਪਣੇ ਲਈ ਵੀ ਬਗਾਨੀ ਹੁੰਦੀ ਹੈ ਚਾਨਣ ਰਾਮ ਵੀ ਪਸੀਜ ਗਿਆ ਸੀ ਬਸ ਸਭ ਕਰਮਾਂ ਦੇ ਚੱਕਰ ਨੇ ਸਾਰਿਆਂ ਤਾਂ ਦੁਖੀ ਨਹੀਂ ਮੇਰੇ ਵਾਂਗੂ ਬਥੇਰੀਆਂ ਐਸ਼ ਕਰਦੀਆਂ ਨੇ ਅੰਗੂਰੀ ਨੇ ਜਿਵੇਂ ਆਪਣੀ ਕਿਸਮਤ ਤੇ ਸ਼ਿਕਵਾ ਕੀਤਾ ਸੀ ਪੁਲਿਸ ਕੋਲ ਰਿਪੋਰਟ ਲਿਖਾਉਣੀ ਸੀ ਇਹਦੀ ਕੁੱਟ ਮਾਰ ਬਾਰੇ ਸਾਲਾ 2 ਦਿਨ ਚ ਸਿੱਧਾ ਹੋਜੂ ਚਾਨਣ RAM ਨੇ ਸਲਾਹ ਦਿੱਤੀ ਪੁਲਿਸ ਕੀ ਕਰੂਗੀ ਇਹੋ ਜੇ ਰਾਖਸ਼ ਦਾ 4 ਦਿਨ ਜੇਲ੍ਹ ਕੱਟ ਕੇ ਫੇਰ ਮੋੜਾ ਉਹ ਮੇਰੇ ਹੱਡ ਭੰਨਣ ਨੂੰ ਨਾਲੇ ਮੈਨੂੰ ਕੌਣ ਸੰਭੋ ਮਾਪਿਆਂ ਨੇ ਇੱਕ ਵਾਰੀ ਦੇਸ਼ ਨਿਕਾਲਾ ਦੇ ਦਿੱਤਾ ਹੁਣ ਕੌਣ ਪੁੱਛਦਾ ਉਸ ਸਿੰਕ ਚ ਪੈ ਭਾਂਡੇ ਸਾਫ਼ ਕਰਨ ਲੱਗੀ ਕੋਈ ਗੱਲ ਨਹੀਂ ਤੂੰ ਗਮ ਨਾ ਕਰ ਅਸੀਂ ਤੇਰੇ ਨਾਲ ਆ ਜੇ ਕਹੇ ਤਾਂ ਤੇਰੇ ਆਦਮੀ ਨਾਲ ਮੈਂ ਗੱਲ ਕਰਾਂ ਉਹਨੇ ਪੁੱਛਿਆ ਨਾ 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 ਉਹਨੂੰ ਨਾ ਛੇੜਿਓ 나ਗ ਨੂੰ ਉਲਟਾ ਮੇਰੀ ਗੱਲ ਪੈ ਜੂ ਵੀ ਤੂੰ ਲੋਕਾਂ ਨੂੰ ਘਰ ਦੀਆਂ ਗੱਲਾਂ ਦੱਸਦੀਆਂ ਅੰਗੂਰੀ ਡਰ ਗਈ ਚੱਲ ਜਿਵੇਂ ਤੂੰ ਚਾਹੇ ਪਰ ਫਿਰ ਵੀ ਆਪਣੇ ਆਪ ਨੂੰ ਇਕੱਲੀ ਨਾ ਸਮਝੀ ਚਾਨਣ ਰਾਮ ਨੇ ਉਹਨੂੰ ਦਿਲਾਸਾ ਦਿੱਤਾ ਚਾਨਣ ਦੀ ਸ਼ਿਕਾਰੀ ਅੱਖ ਨੇ ਦੇਖ ਲਿਆ ਸੀ ਵੀ ਅੰਗੂਰੀ ਉਖੜੀ ਹੋਈ ਸੀ ਤੇ ਉਹਨੂੰ ਸਹਾਰੇ ਦੀ ਬਹੁਤ ਸਖਤ ਲੋੜ ਸੀ ਉਹ ਉਹ ਅਕਸਰ ਉਸ ਸਮੇਂ ਰਸੋਈ ਚ ਜਾਣ ਲੱਗ ਪਿਆ ਜਦੋਂ ਅੰਗੂਰੀ ਉੱਥੇ ਕੰਮ ਕਰਦੀ ਹੁੰਦੀ। ਹੌਲੀ-ਹੌਲੀ ਅੰਗੂਰੀ ਦਾ ਯਕੀਨ ਜਿੱਤ ਲਿਆ। ਉਹਨੇ ਤੇ ਹੁ ਉਸ ਨਾਲ ਦਿਲ ਦੀਆਂ ਗੱਲਾਂ ਕਰਨ ਲੱਗ ਪਈ। ਉਹਨੂੰ ਰੋਟੀ ਸਬਜ਼ੀ ਦੇਣ ਲੱਗ ਪਈ ਤੇ ਉਹਦੇ ਕੱਪੜੇ ਵਗੈਰਾ ਧੋ ਕੇ ਪ੍ਰੈਸ ਕਰ ਦਿੰਦੀ। ਬਦਲੇ ਚ ਉਹਨੂੰ 2-4 ਪਾਉਂਡ ਦੇ ਦਿੰਦਾ ਜੋ ਕਿ ਅੰਗੂਰੀ ਲਈ ਬਹੁਤ ਵੱਡੀ ਰਕਮ ਸੀ। ਅੰਗੂਰੀ ਜੋ ਕਿ ਜਵਾਨੀ ਦੀ ਸਿਖਰ ਤੇ ਸੀ ਮਰਦ ਦੇ ਸਾਥ ਲਈ ਤਰਸ ਰਹੀ ਸੀ। ਉਦੇ ਹਨੇਰੇ ਜੀਵਨ 'ਚ ਚਾਨਣ ਦੇ ਆਉਣ ਨਾਲ ਥੋੜਾ ਚਾਨਣ ਹੋ ਗਿਆ। ਉਹਦਾ ਆਦਮੀ ਸ਼ਰਾਬ ਪੀ ਕੇ ਕੁੱਟਮਾਰ ਕਰਨ ਤੋਂ ਇਲਾਵਾ ਹੋਰ ਕੁਝ ਜਾਣਦਾ ਨਹੀਂ ਸੀ ਤੇ ਨਾ ਹੀ ਉਸ ਕੋਲ ਆਮਰਦਾਂ ਵਾਂਗ ਕਿਸੇ ਔਰਤ ਨੂੰ ਖੁਸ਼ ਰੱਖਣ ਦੇ ਗੁਣ ਸਨ। ਚਾਨਣ RAM ਵੱਲੋਂ ਦਿਖਾਈ ਗਈ ਹਮਦਰਦੀ ਉਹਦੇ ਜ਼ਖਮਾਂ ਤੇ ਮਰਮ ਵਾਂਗ ਲੱਗੀ ਤੇ ਉਹ ਉਸ ਵੱਲ ਖਿੱਚੀ ਗਈ। ਦੋਵਾਂ ਦੇ ਸਰੀਰਕ ਸਬੰਧ ਬਣ ਗਏ। ਗਰੀਬ ਦਾਸ ਤੋਂ ਇਹ ਗੱਲ ਛੁਪੀ ਨਹੀਂ ਸੀ। ਚਾਨਣ RAM ਦੀ ਹਰ ਗੱਲ 'ਚ ਨਕਲ ਕਰਨ ਦੀ ਆਦਤ ਕਾਰਨ ਉਹਨੂੰ ਅੰਗੂਰੀ ਬਹੁਤ ਚੰਗੀ ਲੱਗੀ। ਅਨਜਾਣੀ ਉਹ ਅੰਗੂਰੀ ਵੱਲ ਖਿੱਚਿਆ ਗਿਆ ਤੇ ਚਾਨਣ ਵਾਂਗ ਹੀ ਅਕਸਰ ਰਸੋਈ 'ਚ ਜਾ ਕੇ ਖੜਾ ਹੋ ਜਾਂਦਾ ਅੰਗੂਰੀ ਉਹਦੀ ਹਮ ਉਮਰ ਸੀ ਤੇ ਬਹੁਤ ਛੇਤੀ ਉਸ ਨਾਲ ਕੁੜ ਮਿਲ ਗਈ ਮੈਂ ਤਾਂ ਤੇਰਾ ਦਿਉਰ ਹਾਂ ਇੱਕ ਦਿਨ ਉਹਨੇ ਮਜ਼ਾਕ 'ਚ ਕਿਹਾ ਸੀ ਇਹ ਤਾਂ ਤੂੰ ਮੈਨੂੰ ਪੁੱਛ ਕੇ ਦੇਖ ਕਿ ਤੂੰ ਮੇਰਾ ਕੀ ਐ ਅੰਗੂਰੀ ਨੇ ਸੀਨੇ ਤੇ ਹੱਥ ਰੱਖ ਕੇ ਡੂੰਗਾ ਸਾਹ ਲਿਆ ਤੇ ਗਰੀਬ ਦਾਸ thora ਅੰਦਰ ਤੱਕ ਕੰਬ ਗਿਆ ਅੰਗੂਰੀ ਦੇ ਇਸ ਡਾਇਲੌਗ ਦਾ ਕੀ ਮਤਲਬ ਸੀ ਉਹ ਕਈ ਦਿਨ ਸੋਚਦਾ ਰਿਹਾ ਕੀ ਗੱਲ ਹੁਣ ਹੇਠਾ ਆਉਣਾ ਛੱਡ ਗਿਆ ਇੱਕ ਦਿਨ ਅੰਗੂਰੀ ਉਹਦੇ ਕਮਰੇ 'ਚ ਹੀ ਆਵੜੀ। ਗਰੀਬ ਦਾਸ ਘਬਰਾ ਗਿਆ। ਨਹੀਂ ਨਹੀਂ ਉਹਦੇ ਮੂੰਹ ਨਿਕਲਿਆ। ਨਹੀਂ ਨਹੀਂ ਕਿਉਂ? ਸੰਗਦਾ ਜਾਂ ਡਰਦਾ? ਉਹਨੇ ਦਲੇਰੀ ਨਾਲ ਪੁੱਛਿਆ। ਨਾ ਸੰਗਦਾ ਤੇ ਨਾ ਡਰਦਾ। ਉਹਨੇ ਵੀ ਸਿੱਧਾ ਜਵਾਬ ਦਿੱਤਾ। ਫੇਰ ਅੰਗੂਰੀ ਦੀਆਂ ਅੱਖਾਂ 'ਚ ਅਜਬ ਚਮਕ ਸੀ। ਤੂੰ ਮੇਰੇ ਦੋਸਤ ਦੀ ਈਮਾਨਤ ਐ, ਉਹਨੇ ਸੱਚ ਦੱਸਿਆ। ਮੈਂ ਕਿਸੇ ਦੀ ਈਮਾਨਤ ਨਹੀਂ, ਤੇਰਾ ਦੋਸਤ ਵੀ ਟਾਈਮ ਪਾਸ ਕਰ ਰਿਹਾ ਤੇ ਮੈਂ ਵੀ ਉਹ ਹੱਸੀ। ਫੇਰ ਉਹ ਹੈਰਾਨ ਹੋਇਆ। ਤੂੰ ਵੀ ਐਸ਼ ਕਰ। ਉਹਦੀਆਂ ਨਜ਼ਰਾਂ ਨੇ ਦਾਵਤ ਦਿੱਤੀ। ਗਰੀਬ ਦਾਸ ਚੁੱਪ ਹੋ ਗਿਆ ਕੀ ਸੋਚਦਾ ਅੰਗੂਰੀ ਨੇ ਉਹਦੀ ਅੱਖਾਂ ਮੁਰੇ ਆਪਣਾ ਹੱਥ ਲਹਿਰਾਇਆ ਧੰਨਵਾਦ ਚਲਦਾ